ਤੁਹਾਡੇ ਵਰਗੇ ਬੱਚੇ ਇਹ ਕਹਿੰਦੇ ਨੇ ਵੀ ਅਸੀਂ ਪੰਜਾਬੀ ਸੁਣਦੇ ਹਾਂ, ਤੁਹਾਡਾ ਗਾਣਾ ਸੁਣਦੇ ਹਾਂ, ਅਤੇ ਮੈਂ ਸਮਝਦਾ ਬਈ ਉਹ ਕਿਹੜਾ ਵਕਤ ਸੀਗਾ ਜਦੋਂ ਮੇਰੀ ਮਾਂ ਨੇ ਮੈਨੂੰ ਜੰਮਿਆ, ਵੀ ਲੋਕ ਮੈਨੂੰ ਮੇਰੇ ਗੀਤਾਂ ਨੂੰ ਮੇਰੇ ਸਾਥੀਆਂ ਨੂੰ ਇੰਨਾ ਪਿਆਰ ਕਰਦੇ ਨੇ। ਆਪਣੇ ਆਪ 'ਚ ਕਦੀ ਮਾਣ ਮਹਿਸੂਸ, ਆਪਣੇ ਆਪ 'ਤੇ ਕਦੀ ਪ੍ਰਾਊਡ, ਆਪਣੇ ਆਪ 'ਤੇ ਕਦੀ ਗਰੂਰ ਹੁੰਦਾ ਕਿ ਹਾਂ ਮੈਂ ਪੰਜਾਬੀ ਕਲਚਰ ਦਾ ਇੱਕ ਬਹੁਤ ਵੱਡਾ ਅਟੁੱਟ ਹਿੱਸਾ ਹਾਂ, ਮੈਂ ਇੱਕ ਕਲਾਕਾਰ। ਕਲਾਕਾਰ ਕੌਣ ਬਣਾਉਂਦਾ? ਲੋਕ ਬੁਲਾਉਂਦੇ ਨੇ, ਹੈ ਜੀ। ਜੇ ਲੋਕ ਤੁਹਾਨੂੰ ਪਸੰਦ ਕਰਦੇ ਨੇ ਤੁਸੀਂ ਕਲਾਕਾਰ ਬਣ ਗਏ ਹੋ, ਜੇ ਨਹੀਂ ਪਸੰਦ ਕਰਦੇ ਤੁਸੀਂ ਜਿੰਨੀ ਮਰਜ਼ੀ ਟਪੂਸੀਆਂ ਮਾਰੀ ਜਾਓ, ਜਿੰਨਾ ਮਰਜ਼ੀ ਗਲਾ ਫਾੜੀ ਜਾਓ, ਜੋ ਮਰਜ਼ੀ ਤੁਸੀਂ ਪੋਸਟਰ ਛਪਾ ਲਓ, ਜੋ ਮਰਜ਼ੀ ਕਰ ਲਓ, ਜੇ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਨਾ ਤਾਂ ਤੁਸੀਂ ਕਲਾਕਾਰ ਨਹੀਂ ਬਣ ਸਕਦੇ। ਵੱਡੀ ਇੱਕ ਖੁਦਾ ਦੀ ਜ਼ਾਤ ਹੈ, ਇਸ ਤੋਂ ਵੱਡਾ ਕੋਈ ਨਹੀਂ ਹੈ। ਅਸੀਂ ਤਾਂ ਉਹਦੇ ਭੇਜੇ ਹੋਏ ਇੱਕ ਸੇਵਾਦਾਰ ਹਾਂ, ਜਿਹਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸੰਗੀਤ ਦੀ। ਉਸ ਤੋਂ ਮਗਰੋਂ ਸਾਡੇ ਗੁਰੂ ਜੀ ਨੇ, ਸਾਡੇ ਉਸਤਾਦ ਜੀ ਨੇ ਸਾਨੂੰ ਸਿਖਾਇਆ, ਔਰ ਉਹਦੇ ਨਾਲ ਅਸੀਂ ਲੋਕਾਂ ਦਾ ਮਨ ਪਰਚਾਵਾ ਕਰਦੇ ਹਾਂ, ਆਪਣੀ ਜੀਵਿਕਾ ਦਾ ਸਾਧਨ ਹੈ। ਮੈਂ ਇਹੀ ਹੈ, ਹੋਰ ਪਹਿਲਾ ਗੁਰੂ ਤੁਹਾਡੀ ਮਾਂ ਹੈ ਜਿਹੜੀ ਤੁਹਾਨੂੰ ਬੋਲਣਾ ਸਿਖਾਉਂਦੀ ਹੈ, ਦੂਜਾ ਗੁਰੂ ਤੁਹਾਡਾ ਉਹ ਹੈ ਜੋ ਤੁਹਾਨੂੰ ਉਹ ਸਿੱਖਿਆ ਦਿੰਦਾ ਜਿਹਦੇ ਨਾਲ ਤੁਸੀਂ ਆਪਣੀ ਜੀਵਿਕਾ ਦਾ ਪ੍ਰਵਾਨ ਕਰਨਾ ਹੈ। ਨੀ ਇਸ਼ਕ ਤੇਰੇ ਸਾਨੂੰ ਪਾਗਲ ਕੀਤਾ, ਅਸੀਂ ਨਾ ਜਿਉਂਦੇ ਨਾ ਮੋਏ। ਇਸ਼ਕ ਤੇਰੇ ਸਾਨੂੰ ਪਾਗਲ ਕੀਤਾ, ਅਸੀਂ ਨਾ ਜਿਉਂਦੇ ਨਾ ਮੋਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ, ਮੈਂ ਆਕਾਂਕਸ਼ਾ ਸੋਢੀ। ਅਤੇ ਅਗਰ ਆਪਾਂ ਪੰਜਾਬੀ ਕਲਚਰ, ਪੰਜਾਬੀ ਵਿਰਸੇ ਦੀ ਗੱਲ ਕਰੀਏ ਅਤੇ ਸਾਡੇ ਪੰਜਾਬੀ ਗੀਤਾਂ ਦੀ ਗੱਲ ਕਰੀਏ ਨਾ, ਬੜਾ ਉੱਚਾ ਵਿਰਸਾ ਹੈ, ਬੜਾ ਮਾਣ ਹੁੰਦਾ ਸਾਨੂੰ ਕਿ ਅਸੀਂ ਪੰਜਾਬੀ ਹਾਂ ਅਤੇ ਸਾਡੇ ਪੰਜਾਬੀ ਗਾਣੇ, ਪੰਜਾਬੀ ਬੋਲੀਆਂ। ਤੁਸੀਂ ਖੁਦ ਦੇਖ ਸਕਦੇ ਹੋ ਕਿ ਹੁਣ ਬੋਲੀਵੁੱਡ ਵਾਲੇ ਵੀ ਸਾਡੇ ਪੰਜਾਬੀ ਗਾਣਿਆਂ 'ਤੇ ਨੱਚਦੇ ਨੇ। ਸਾਡੇ ਵਿਆਹ ਸ਼ਾਦੀਆਂ 'ਤੇ ਕੋਈ ਡੀਜੇ ਵੱਜੇ ਜਾਂ ਗੱਡੀਆਂ ਦੇ ਵਿੱਚ ਬੂਫਰ ਵੱਜਣੇ ਹੋਣ ਅਤੇ ਬੇਸ ਵੱਜਣਾ ਹੋਵੇ ਨਾ, ਉਦੋਂ ਵੀ ਸਾਡੇ ਪੰਜਾਬੀ ਗਾਣੇ ਹੀ ਹੈ ਜਿਹੜੇ ਸਾਰਿਆਂ ਨੂੰ ਨੱਚਾ ਦਿੰਦੇ ਨੇ ਅਤੇ ਧੂਮਾਂ ਮਚਾ ਦਿੰਦੇ ਨੇ। ਸਾਡੇ ਪੰਜਾਬੀ ਕਲਚਰ ਨੂੰ ਇੰਨੇ ਸਾਲਾਂ ਤੋਂ ਜਿਨ੍ਹਾਂ ਨੇ ਸਾਂਭਿਆ, ਅਤੇ ਉਸ ਜ਼ਮਾਨੇ ਉਸ ਦੌਰ ਦੀ ਗੱਲ ਕਰੀਏ ਜਦੋਂ ਖਾਸ ਤੌਰ 'ਤੇ ਕਲਾਕਾਰਾਂ ਨੂੰ, ਗਾਇਕਾਂ ਨੂੰ, ਐਕਟਰਾਂ ਨੂੰ ਬਹੁਤ ਹੀ ਗਲਤ ਸ਼ਬਦ ਵਰਤੇ ਜਾਂਦੇ ਸੀ, ਇਹਨਾਂ ਨੂੰ ਕੋਈ ਖਾਸ ਇੱਜ਼ਤ ਵੀ ਨਹੀਂ ਦਿੱਤੀ ਜਾਂਦੀ ਸੀ, ਉਸ ਜ਼ਮਾਨੇ ਤੋਂ ਸਟਰਗਲ ਕਰਦੇ ਆਉਂਦੇ ਆਪਣਾ ਨਾਮ ਬਣਾਉਂਦੇ, ਅਤੇ ਹੁਣ ਤੱਕ ਸਾਡੇ ਜਿਹੜੇ ਇੱਜ਼ਤ ਮਾਨ ਜਿਹੜਾ ਹੈ ਹੁਣ ਤੱਕ ਵੀ ਲੈਂਦੇ ਆ ਰਹੇ ਨੇ ਅਤੇ ਅੱਗੇ ਵੀ ਲੈਂਦੇ ਰਹਿਣਗੇ। ਉਹਨਾਂ ਵਿੱਚੋਂ ਹੀ ਇੱਕ ਬਹੁਤ ਹੀ ਉਮਦਾ ਲਿਵਿੰਗ ਲੈਜੈਂਡ ਸਾਡੇ ਕਲਾਕਾਰ ਮੁਹੰਮਦ ਸਦੀਕ ਸਾਹਿਬ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਅਕਾਂਕਸ਼ਾ ਜੀ, ਮੈਂ ਆਪ ਜੀ ਨੂੰ, ਆਪ ਜੀ ਦੇ ਚੈਨਲ ਨੂੰ ਔਰ ਆਪ ਜੀ ਦੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਨਮਰਤਾ, ਪਿਆਰ, ਮੁਹੱਬਤ ਅਤੇ ਅਦਬ ਨਾਲ ਸਤਿ ਸ਼੍ਰੀ ਅਕਾਲ। ਅਤੇ ਸਰ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੈ। ਤੁਹਾਡੇ ਨਾਲ, ਤੁਹਾਨੂੰ ਮਿਲ ਕੇ ਅਤੇ ਤੁਹਾਡੇ ਹੁਣ ਤੱਕ ਅਸੀਂ ਗਾਣੇ, ਤੁਹਾਡੇ ਅਗਰ ਆਪਾਂ ਗੱਲ ਕਰੀਏ, ਤੁਹਾਡੀ ਸਿਰਫ ਕਲਾ ਦੇਖੀ ਸੀ ਔਰ ਤੁਹਾਡੇ ਨਾਲ ਬੈਠ ਕੇ ਤੁਹਾਡਾ ਔਰਾ ਦੇਖ ਕੇ ਇੱਦਾਂ ਲੱਗ ਰਿਹਾ ਕਿ ਸ਼ੁਕਰ ਹੈ ਕਿ ਅਸੀਂ ਇਸ ਇੰਡਸਟਰੀ ਦੇ ਵਿੱਚ ਹੈਗੇ ਹਾਂ ਅਤੇ ਤੁਹਾਡੇ ਨਾਲ ਅੱਜ ਸਾਡੀ ਮੁਲਾਕਾਤ ਹੋਈ ਹੈ। ਸਰ, ਬਹੁਤ ਚੰਗਾ ਲੱਗ ਰਿਹਾ ਤੁਹਾਨੂੰ ਮਿਲ ਕੇ। ਆਕਾਂਕਸ਼ਾ ਜੀ, ਤੁਹਾਨੂੰ ਚੰਗਾ ਲੱਗਦਾ ਹੋਊਗਾ, ਤੁਸੀਂ ਮੇਰੇ ਮਨ ਦੀ ਹਾਲਤ ਇਸ ਵੇਲੇ ਨਹੀਂ ਸਮਝ ਸਕਦੇ। ਜਦੋਂ ਤੁਹਾਡੇ ਵਰਗੀ ਜਨਰੇਸ਼ਨ, ਤੁਹਾਡੇ ਵਰਗੇ ਬੱਚੇ ਇਹ ਕਹਿੰਦੇ ਨੇ ਵੀ ਅਸੀਂ ਪੰਜਾਬੀ ਸੁਣਦੇ ਹਾਂ, ਤੁਹਾਡਾ ਗਾਣਾ ਸੁਣਦੇ ਹਾਂ, ਅਤੇ ਮੈਂ ਸਮਝਦਾ ਬਈ ਉਹ ਕਿਹੜਾ ਵਕਤ ਸੀਗਾ ਜਦੋਂ ਮੇਰੀ ਮਾਂ ਨੇ ਮੈਨੂੰ ਜੰਮਿਆ, ਵੀ ਲੋਕ ਮੈਨੂੰ ਮੇਰੇ ਗੀਤਾਂ ਨੂੰ ਮੇਰੇ ਸਾਥੀਆਂ ਨੂੰ ਇੰਨਾ ਪਿਆਰ ਕਰਦੇ ਨੇ। ਔਰ ਖਾਸ ਤੌਰ 'ਤੇ ਹਾਣ ਨੂੰ ਤਾਂ ਹਾਣ ਪਿਆਰਾ ਹੁੰਦਾ, ਪਰ ਅੱਜ ਦੀ ਜਨਰੇਸ਼ਨ ਜਿਹੜੀ ਹੈ ਤੁਹਾਡੇ ਵਰਗੇ ਲੋਕ, ਹਾਂਜੀ, ਉਹ ਵੀ ਸੁਣਦੇ ਨੇ, ਅਤੇ ਮੇਰੇ ਇਦੋਂ ਵੱਡੀ ਖੁਸ਼ਕਿਸਮਤੀ ਹੋਰ ਕੀ ਹੋ ਸਕਦੀ ਹੈ। ਅੱਛਾ, ਜਿਵੇਂ ਅੱਛਾ ਇੱਕ ਅਗਰ ਆਪਾਂ ਬੋਲੀਵੁੱਡ ਕਲਾਕਾਰ ਸ਼ਾਹਰੁਖ ਖਾਨ ਜੀ ਦੀ ਗੱਲ ਕਰੀਏ, ਤਾਂ ਉਹਨਾਂ ਨੇ ਨਾ ਇੱਕ ਵਾਰੀ ਆਪਣੇ ਮੂੰਹੋਂ ਕਿਹਾ ਸੀ ਕਿ ਮੈਂ ਸਟਾਰ ਹਾਂ ਅਤੇ ਮੈਂ ਵੀ ਮੈਂ ਕਲਾਕਾਰ ਹਾਂ, ਉਹ ਵੀ ਮੰਨਦੇ ਆ। ਅਤੇ ਅਗਰ ਮੈਂ ਤੁਹਾਡੇ ਉਸ ਤੋਂ ਪੁੱਛਾਂ ਸਦੀਕ ਸਾਹਿਬ, ਕਿ ਆਪਣੇ ਆਪ 'ਚ ਕਦੀ ਮਾਣ ਮਹਿਸੂਸ, ਆਪਣੇ ਆਪ 'ਤੇ ਕਦੀ ਪ੍ਰਾਊਡ, ਆਪਣੇ ਆਪ 'ਤੇ ਕਦੀ ਗਰੂਰ ਹੁੰਦਾ ਕਿ ਹਾਂ ਮੈਂ ਪੰਜਾਬੀ ਕਲਚਰ ਦਾ ਇੱਕ ਬਹੁਤ ਵੱਡਾ ਅਟੁੱਟ ਹਿੱਸਾ ਹਾਂ, ਮੈਂ ਇੱਕ ਕਲਾਕਾਰ ਹਾਂ? ਕਲਾਕਾਰ ਕੌਣ ਬਣਾਉਂਦਾ? ਲੋਕ ਬੁਲਾਉਂਦੇ ਨੇ, ਹੈ ਜੀ। ਜੇ ਲੋਕ ਤੁਹਾਨੂੰ ਪਸੰਦ ਕਰਦੇ ਨੇ ਤੁਸੀਂ ਕਲਾਕਾਰ ਬਣ ਗਏ ਹੋ, ਜੇ ਨਹੀਂ ਪਸੰਦ ਕਰਦੇ ਤੁਸੀਂ ਜਿੰਨੀ ਮਰਜ਼ੀ ਟਪੂਸੀਆਂ ਮਾਰੀ ਜਾਓ, ਜਿੰਨਾ ਮਰਜ਼ੀ ਗਲਾ ਫਾੜੀ ਜਾਓ, ਜੋ ਮਰਜ਼ੀ ਤੁਸੀਂ ਪੋਸਟਰ ਛਪਾ ਲਓ, ਜੋ ਮਰਜ਼ੀ ਕਰ ਲਓ, ਜੇ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਨਾ ਤਾਂ ਤੁਸੀਂ ਕਲਾਕਾਰ ਨਹੀਂ ਬਣ ਸਕਦੇ। ਲੋਕ ਮਤਲਬ ਜਦੋਂ ਤੁਹਾਨੂੰ ਪ੍ਰਮਾਣਿਤ ਕਰਦੇ ਨੇ ਉਦੋਂ ਤੁਸੀਂ ਕਲਾਕਾਰ ਹੋ ਨਾ, ਫਿਰ ਜਦੋਂ ਲੋਕਾਂ ਨੇ ਮੈਨੂੰ ਕਲਾਕਾਰ ਬਣਾਉਣਾ ਤਾਂ ਮੈਂ ਉਹਨਾਂ ਤੋਂ ਵੱਡਾ ਤਾਂ ਹੋ ਹੀ ਨਹੀਂ ਸਕਦਾ, ਮੈਂ ਵੀ ਉਹਨਾਂ ਦੇ ਵਿਚਲਾ ਹੀ ਹਾਂ। ਇਸ ਕਰਕੇ ਆਪਣੇ ਆਪ ਨੂੰ ਵੱਡਾ ਕਹਿਣਾ, ਵੱਡੀ ਇੱਕ ਖੁਦਾ ਦੀ ਜ਼ਾਤ ਹੈ,
इस तो वड्डा कोई नहीं है। असी तां उहदे भेजे हुए एक सेवादार हाँ जिन्हें सानू बख्शिश की है संगीत की। उस तो मगरों साडे गुरु जी ने साडे उस्ताद जी ने सानू सिखाया और उहदे नाल असी लोगों का मन परचावा करते हैं अपनी जीविका का साथ देना है। यही है होर तो तुसीं उस्ताद जी की गल की अपने गुरु की गल की कितना कितने मैनूं इदां लगता है कि हुण जिहड़े गायक आ या कोई भी कलाकार एक्टर भी है लोग सीख के नहीं आ रहे। खास तौर पर सोशल मीडिया की अगर आप गल करिए बहुत जल्दी वीडियोज़ वायरल हो जाए ने कोई एक्टिंग की कर दिता हल्की फुल्की तो उन्होंने चार गाने मिल जाते हैं तो उस तो अगर गांह गांह काम मिलन लग जाता है। इदां ही गायकी की गल करिए एक गाना कोई वोकल कोई कवर सोंग हिट हो जाता है तो वो समझते कि असं सिंगर आ सू गाँव आता है। उस्तादी शागिर्दी वाला जो एक रिश्ता होंदा सी बड़ा पवित्र रिश्ता होंदा सी कि उस्ताद को लोग जाते सीगे अपने। मैं इतों तक कई कलाकारां दे मूहों सुने कि वो अपने माँ बाप नाल ज़्यादा प्यार अपने उस्ताद नूं करदे सी उहनां दी मार कुट भी खांदे सी ताकि कुछ बन जाने। वो जो उस्तादी शागिर्दी वाला रिश्ता जो हुण कितना कितें अलोप हो रहा वो कितना कितें गुरु की उस्ताद की जी इज्जत है कदर है। अजकल तो मैं लगता है टीचर की भी गल करिए लोग पेरेंट्स स्कूल च बाद च पाते पहले प्रिंसीपल ने यह कह दें कि मेरे बच्चे कुटना नहीं मेरे बच्चे हाथ नहीं लाना। सो उस्तादी शागिर्दी वाला जो रिश्ता अलोप हो गया ये बारे की कहोगे? आकांक्षा जी ये बारे गल तो बहुत बड़े विस्थार की जा सकती है पर मैं इन्ना कहाँगा पंजाबी की कहावत है गुरु बिना गत नहीं। ये पहली गल है। पहली गल दूजी गल यह है ਬਈ ਪਹਿਲਾ ਗੁਰੂ ਤੁਹਾਡੀ ਮਾਂ ਹੈ ਜਿਹੜੀ ਤੁਹਾਨੂੰ ਬੋਲਣਾ ਸਿਖਾਉਂਦੀ ਹੈ। ਦੂਜਾ ਗੁਰੂ ਤੁਹਾਡਾ ਉਹ ਹੈ ਜੋ ਤੁਹਾਨੂੰ ਉਹ ਸਿੱਖਿਆ ਦਿੰਦਾ ਜਿਹਦੇ ਨਾਲ ਤੁਸੀਂ ਆਪਣੀ ਜੀਵਿਕਾ ਦਾ ਪ੍ਰਵਾਨ ਕਰਨਾ ਹੈ। ਹੈ ਜੀ ਤਾਂ ਉਸਤਾਦ ਜੀ ਹੋਣੇ ਤਾਂ ਬਹੁਤ ਜ਼ਰੂਰੀ ਨੇ ਖਾਸ ਤੌਰ 'ਤੇ ਇਸ ਇਲਮ 'ਚ ਜਿਹੜਾ ਸੰਗੀਤ ਦਾ ਇਲਮ ਹੈ। ਇਹ ਕੋਮਲ ਕਲਾ ਹੈ। ਇਹ ਇੰਨੀ ਕੋਮਲ ਕਲਾ ਹੈ ਬਈ ਜਦ ਤੱਕ ਤੁਹਾਡੇ ਦਿਮਾਗ ਦੇ ਵਿੱਚ ਇਹ ਨਹੀਂ ਵੜਦੀ ਨਾ ਤੁਸੀਂ ਗਾ ਨਹੀਂ ਸਕਦੇ। ਅੱਜ ਪੁਜੀਸ਼ਨ ਇਹ ਬਣੀ ਹੈ ਤੁਸੀਂ ਕਿਹਾ ਨਾ ਵੀ ਅੱਜ ਕੱਲ੍ਹ ਉਸਤਾਦੀ ਸ਼ਗਿਰਦੀ ਹੈ ਨਹੀਂ। ਇਸੇ ਕਰਕੇ ਕੋਈ ਵੀ ਕਲਾਕਾਰ 2-4 ਸਾਲ ਚੱਲਦਾ ਉਸ ਤੋਂ ਮਗਰੋਂ ਬਹਿ ਜਾਂਦਾ। ਇੱਥੇ ਹੁਣੇ ਹੁਣੇ ਹੰਸਰਾਜ ਜੀ ਆਏ ਸੀਗੇ ਉਹਨਾਂ ਦਾ ਦੇਰ ਤੱਕ ਚੱਲਣ ਦਾ ਮਤਲਬ ਸਾਡੇ ਗੁਰਦਾਸ ਮਾਨ ਜੀ ਦੇ ਦੇਰ ਦੇ ਚੱਲਣ ਦਾ ਮਤਲਬ ਕੀ ਹੈ? ਸਾਡੇ ਬੱਬੂ ਮਾਨ ਜੀ ਚੱਲ ਰਹੇ ਨੇ ਹੈ ਜੀ ਮੈਨੂੰ ਤੁਸੀਂ ਦੇਖ ਹੀ ਰਹੇ ਹੋ ਹੈ ਜੀ ਮੈਂ ਹਾਲੇ ਵੀ ਮੈਂ ਕੱਲ੍ਹ ਵੀ ਪ੍ਰੋਗਰਾਮ ਤੋਂ ਆਇਆ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਲੋਕਾਂ ਦਾ ਪਿਆਰ ਉਦੋਂ ਮਿਲਦਾ ਜਦੋਂ ਤੁਸੀਂ ਕੋਈ ਕੰਮ ਜਿਹੜਾ ਕਰ ਰਹੇ ਹੋ ਸਿੱਖ ਕੇ ਕੀਤਾ ਹੋਵੇ। ਅਦਰਵਾਈਜ਼ ਬਗੈਰ ਸਿੱਖੇ ਤਾਂ ਤੁਸੀਂ ਸਾਈਕਲ 'ਤੇ ਚੜ੍ਹ ਜਾਓ ਗੋਡੇ ਤਲਾ ਬੈਠੋਗੇ। ਅੱਛਾ ਅਗਰ ਜਿਵੇਂ ਗੱਲ ਕੀਤੀ ਤੁਸੀਂ ਕਿ ਤੁਸੀਂ ਸਾਰੇ ਮੈਂ ਵੀ ਇਸ ਚੀਜ਼ ਨਾਲ ਸਹਿਮਤ ਹਾਂ ਕਿ ਸਾਡੇ ਲਿਵਿੰਗ ਲੈਜੈਂਡ ਜਿੰਨੇ ਵੀ ਇੱਥੋਂ ਤੱਕ ਕਿ ਜਿਹੜੇ ਸਾਡੇ ਵਿੱਚ ਨਹੀਂ ਰਹੇ ਉਹਨਾਂ ਦਾ ਵੀ ਪਿਆਰ ਅੱਜ ਤੱਕ ਲੋਕ ਉਹਨਾਂ ਨੂੰ ਯਾਦ ਰੱਖਦੇ ਨੇ। ਉਹਨਾਂ ਦਾ ਸਰਨੇਮ ਵੀ ਕਿਤੇ ਹੋਵੇ ਤਾਂ ਲੋਕ ਉਸਨੂੰ ਵੀ ਇੱਜ਼ਤ ਦਿੰਦੇ ਨੇ ਹੈ ਨਾ। ਜਿਵੇਂ ਮਾਨਕ ਸਾਹਿਬ ਹੋਣ ਮਾਨਕ ਸਾਹਿਬ ਦਾ ਸਰਨੇਮ ਵੀ ਆਪਣੇ ਆਪ ਦੇ ਵਿੱਚ ਐਡਾ ਵੱਡਾ ਕਿ ਮਾਨਕ ਸਰਨੇਮ ਬਹੁਤ ਵੱਡਾ ਆਪਣੇ ਆਪ ਦੇ 'ਚ। ਲੇਕਿਨ ਹੁਣ ਅੱਜ ਕੱਲ੍ਹ ਦੇ ਕਲਾਕਾਰ ਦੀ ਗੱਲ ਕਰੀਏ ਤਾਂ ਲੋਕ ਸ਼ਰੇਆਮ ਸਟੇਜਾਂ 'ਤੇ ਚੜ੍ਹ ਕੇ ਅਸੀਂ ਦੇਖਦੇ ਹਾਂ ਕਿੰਨੀਆਂ ਖਬਰਾਂ ਆਉਂਦੀਆਂ ਨੇ ਸਟੇਜਾਂ 'ਤੇ ਹੱਥਾਪਾਈ ਹੋ ਜਾਂਦੀ ਹੈ ਲੜਾਈਆਂ ਹੋ ਜਾਂਦੀਆਂ ਨੇ ਗਾਲੀ ਗਲੋਚ ਬਹੁਤ ਚੱਲਦਾ ਫੈਨਸ ਥੱਲੇ ਕਮੈਂਟਾਂ 'ਚ ਗਾਲੀਆਂ ਦਿੰਦੇ ਨੇ ਸਿੰਗਰਸ ਜਿਹੜੇ ਆ ਸਟੇਜਾਂ 'ਤੇ ਕੱਢ ਕੇ ਉਹ ਗਾਲਾਂ ਦਿੰਦੇ ਨੇ। ਲੇਕਿਨ ਅਗਰ ਆਪਾਂ ਤੁਹਾਡੇ ਜ਼ਮਾਨੇ ਦੀ ਗੱਲ ਕਰੀਏ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਜਾਂ ਜਿਹੜੇ ਜਿੰਨੇ ਵੀ ਕਲਾਕਾਰ ਹੋਏ ਨੇ ਕਦੀ ਇਹੋ ਜਿਹਾ ਕੋਈ ਹਾਦਸੇ ਜਾਂ ਸਟੇਜਾਂ 'ਤੇ ਕਿਸੇ ਨੇ ਗਾਲੀ ਜਾਂ ਕੋਈ ਅਪਸ਼ਬਦ ਵੀ ਵਰਤੇ ਹੋਣਗੇ। ਆਕਾਂਕਸ਼ਾ ਜੀ ਜਦ ਦਾ ਮੈਂ ਗਾਉਣ ਲੱਗੇ ਹਾਂ ਉਦੋਂ ਇੱਥੇ ਅਨਪੜ੍ਹਤਾ ਬਹੁਤ ਜ਼ਿਆਦਾ ਸੀਗੀ ਲੇਕਿਨ ਉਸਦੇ ਬਾਵਜੂਦ ਲੋਕ ਸਰੋਤੇ ਸਨ ਸੁਣਦੇ ਸੀਗੇ। ਉਹ ਸੁਣਨ ਆਉਂਦੇ ਸੀਗੇ 2 ਮੀਲ ਤੋਂ 4 ਮੀਲ ਤੋਂ 10 ਮੀਲ ਤੋਂ। ਉਹ ਇਹ ਸਮਝਦੇ ਸੀਗੇ ਯਾਰ ਅਸੀਂ ਐਡੀ ਦੂਰੋਂ ਆਏ ਹਾਂ ਕੁਝ ਸੁਣ ਕੇ ਜਾਈਏ। ਉਹ ਰੌਲਾ ਪਾਉਣ ਨਹੀਂ ਸੀ ਆਉਂਦੇ। ਜਿਹੜੀ ਹੁਣ ਦੀ ਪੁਜੀਸ਼ਨ ਹੈ ਨਾ ਨਾ ਤਾਂ ਕੋਈ ਤੁਰ ਕੇ ਜਾਂਦਾ ਕਿਉਂਕਿ ਲੋਕਾਂ ਕੋਲ ਕਾਰਾਂ ਨੇ। ਦੂਜੀ ਗੱਲ ਉਹ ਪੜ੍ਹੇ ਲਿਖੇ ਹੈਗੇ ਨੇ ਉਹ ਸਮਝਦੇ ਨੇ ਜਿੰਨਾ ਮੈਂ ਪੜ੍ਹਿਆ ਹੋਇਆ ਉਹਨਾਂ ਇਹ ਕਲਾਕਾਰ ਨਹੀਂ ਪੜ੍ਹਿਆ ਹੋਣਾ ਹੈ ਜੀ ਮੈਂ ਸਮਝਦਾਰ ਹਾਂ। ਉਹ ਆਪਣੀ ਮਰਜ਼ੀ ਕਰਦੇ ਨੇ ਜਦੋਂ ਉਹ ਆਪਣੀ ਮਰਜ਼ੀ ਕਰਦਾ ਕਲਾਕਾਰ ਆਪਣੀ ਮਰਜ਼ੀ ਕਰ ਲੈਂਦਾ। ਝਗੜਾ ਉੱਥੇ ਸ਼ੁਰੂ ਹੁੰਦਾ ਜਿੱਥੇ ਤੁਹਾਡੀ ਆਪਸ 'ਚ ਸੁਰ ਨਹੀਂ ਰਲਦੀ ਜਿੱਥੇ ਸੋਚ ਨਹੀਂ ਰਲਦੀ ਝਗੜਾ ਸਿਰਫ ਉੱਥੋਂ ਸ਼ੁਰੂ ਹੁੰਦਾ। ਸਾਨੂੰ ਜਦੋਂ ਕੋਈ ਕਹਿੰਦਾ ਹੁੰਦਾ ਸੀ ਨਾ ਵੀ ਸਾਨੂੰ ਭਾਈ ਹੀਰ ਦੀ ਕੜੀ ਸੁਣਾ ਦੇ ਅਤੇ ਅਸੀਂ ਕਹਿੰਦੇ ਲਓ ਜੀ ਸੁਣਾ ਦਿੰਦੇ ਹਾਂ ਭਾਈ ਮਿਰਜ਼ਾ ਸੁਣਾ ਦੇ ਲਓ ਜੀ ਸੁਣਾ ਦਿੰਦੇ ਹਾਂ ਹੈਂਜੀ। ਉਦੋਂ ਐਸਾ ਹੁੰਦਾ ਸੀਗਾ ਸਰੋਤੇ ਦੀ ਮਤਲਬ ਚੋਇਸ ਵੀ ਦੇਖੀ ਜਾਂਦੀ ਸੀਗੀ ਅਤੇ ਆਪਣਾ ਜਿਹੜਾ ਤੁਹਾਡੇ ਕੋਲ ਗੁਣ ਹੈਗਾ ਉਹ ਵੀ ਤਨਦੇਹੀ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀਗਾ। ਹੁਣ ਗੱਲਾਂ ਹੋਰ ਨੇ ਇੱਕ ਤਾਂ ਬਾਕੀ ਛੱਡੋ ਪਰ ਸਰ ਜਿਵੇਂ ਕਹਿੰਦੇ ਨਾ ਕਿ ਮੌਕਾ ਕਦੇ ਬਾਰ ਬਾਰ ਨਹੀਂ ਮਿਲਦਾ ਕਿ ਕਿਸਮਤ ਵੀ ਬਾਰ ਬਾਰ ਮੌਕੇ ਨਹੀਂ ਦਿੰਦੀ। ਦਰਵਾਜ਼ਾ ਕੋਈ ਖੜਕਾਏ ਤਾਂ ਖੋਲ੍ਹ ਲੈਣਾ ਚਾਹੀਦਾ ਅਗਰ ਹੋ ਸਕਦਾ ਕਿ ਚੰਗੀ ਕਿਸਮਤ ਹੋਵੇ। ਸੋ ਮੈਂ ਵੀ ਅੱਜ ਕਿਸਮਤ ਦਾ ਮੌਕਾ ਮੈਨੂੰ ਮਿਲਿਆ ਜਿਹੜਾ ਮੈਂ ਉਹਨੂੰ ਗ੍ਰੈਬ ਕਰਨਾ ਚਾਹੂੰਗੀ ਫੜਨਾ ਚਾਹੂੰਗੀ ਉਸ ਮੌਕੇ ਨੂੰ ਅਤੇ ਤੁਹਾਡੇ ਤੁਸੀਂ ਲਾਗੇ ਬੈਠੇ ਤੁਹਾਡਾ ਔਰਾ ਮੇਰੇ ਆਸੇ ਪਾਸੇ ਹੈ। ਮੈਨੂੰ ਲੱਗਦਾ ਕਿ ਪੂਰੇ ਹਾਲ ਦੇ ਵਿੱਚ ਤੁਹਾਡਾ ਇੱਕ ਆਪਣਾ ਔਰਾ ਹੈ ਲੋਕ ਤੁਹਾਨੂੰ ਪਿੱਛੇ ਵੀ ਦੇਖ ਰਹੇ ਨੇ ਕੈਮਰਾ ਦੇ। ਸੋ 2 ਲਾਈਨਸ ਤੁਹਾਡੇ ਤੋਂ ਮੈਂ ਜ਼ਰੂਰ ਸੁਣਨਾ ਚਾਹੂੰਗੀ ਕੋਈ ਵੀ ਜੋ ਵੀ ਤੁਹਾਡੇ ਗਾਣਾ ਦਿਲ ਦੇ ਕਰੀਬ ਹੋਵੇ ਜਾਂ ਕੋਈ ਵੀ ਇਹੋ ਜਿਹੀ ਤੁਹਾਡੇ ਪੁਰਾਣੇ ਵੇਲਿਆਂ ਦੀ ਯਾਦ ਜਿਹੜਾ ਗਾਣਾ ਤੁਸੀਂ ਸਟੇਜ 'ਤੇ ਗਾਉਂਦੇ ਹੋਵੋ ਅਤੇ ਉਦੋਂ
पूरे रौनक लग जाती हो। शेर सुना दिना नहीं, मैं गाना शेर तो तुसी जरूर सुनाओ, पर गाना दो लाइन कुछ भी बोल के नहीं सुनाऊंगा, शेर मैं गीत से सुनाऊंगा। ठीक है ठीक है, मैं कि जाना भी है नी। इश्क तेरे सानू पागल कीता, असी ना जिउंदे ना मोए। इश्क तेरे सानू पागल कीता, असी ना जिउंदे ना मोए। साडे नाल जो होई वैर ने ओ किसे नाल ना हो। हथां नू मेहंदी फेर लालवी, हथां नू मेहंदी फेर लालवी, पहला यार दी कुली नू अग ला दे। थैंक यू सो मच सर, थैंक यू सो मच। तो बस मेरा आखिरी सवाल, क्योंकि तुसी काली दे विचों आखिरी सवाल होएगा तौर तो पक्का, कि तुसी जिवें हंसराज हंस सर भी कह रहे सके कि किसी नू सब तो वड्डी खास तौर ते किसी पंजाबी नू सब तो वड्डी बद्दुआ देनी होवे तो उही दे सकदे हो कि तू अपनी माँ बोली भुल जाए। सो अजकल दी जनरेशन दी गल करिए तो मैनू लगदा कि अपने स्कूल्स और मदर्स खुद भी, अगर आपां मेरी जनरेशन दी अज तो अगली जनरेशन दी गल करिए, मदर्स खुद भी पहले घरां दे विच हिंदी बोलना स्टार्ट कर दिया ने, फिर इंग्लिश। वो माँ बोली कितना कितने मावां दी बोली ही नहीं रह गई हुण, कितना कितने माँ बोली पंजाबी। अजकल दे बच्चे देखे तो पंजाबी दी ठेठ तो बहुत दूर दी गल है, नॉर्मल वर्ड्स भी पंजाबी दे उहनां नूं समझ नहीं आंदे, ते उत्ते की कहना चाहोगे? इह साडी त्रासदी है, बदकिस्मती है भी असं अपनी माँ बोली भुलते जा रहे हैं, ऐसा चाहिए नहीं है। मैं आप जी ने एक निकी जी गल दसदा, हर बोली च उतों का जुस्सा होंदा, उतों के रहने वाले का जुस्सा होंदा। साड़ी जिहड़ी बोली है ना, वो जिनी अखड़ ते मतलब ताकतवर है ना, उन्नी ताकतवर पंजाब के लोग ने, क्योंकि बोली इस किस्म की है। असी सॉफ्ट लोग नहीं है, क्योंकि साड़ी बोली सॉफ्ट नहीं है, है जी। हाँ, अदब लिहाज बोली च होंदा, हर एक बोली च होंदा, असीं अदब कर सकते हैं इस बोली च, लेकिन जे देखा जाए तो साड़ी बोली जिहड़ी ना, सानू अपनी बोली भुलनी चाहिए। बोली च साडे पिछोकड़ छिपिया होया, बोली साडा सभ्याचार छिपिया होया, बोली विच साडा पुरातत्व सब कुछ बोली च ही है। इस करके सानू भुलना नहीं चाहिए। यह साडी बदकिस्मती है भी असीं बच्चों नू कहने भी तुसीं हिंदी बोलो, तुसीं इंग्लिश बोलो। कोई भाषा सीखनी कोई माड़ी गल नहीं है, सीखो, जरूर सीखो, तुहाडे काम आऊगी। बहुत लोग ऐसे ने जो पांच दस दस भाषावां जानते हैं, हाँ जी, उन्होंने काम आदि ने। पर मेरा मतलब है कि अपनी जी माँ बोली है वह अदब भी करो, सत्कार भी करो, तो उन्होंने भुलो ना। थैंक यू सो मच सर, थैंक यू सो मच। सो ये जी मेरे नाल मोहम्मद सदीक साहब, तो उन्होंने चंगिया चंगिया गल्लां असीं तुहाडे तक पहुँचाने की पूरी कोशिश की है, तो जो भी उन्होंने सानूं मैसेजेस दिते साडे पंजाब दे भले लिए, उन्होंने जरूर तुसीं सीख के जाना है। तो कैमरामैन गुरी दे नाल मैं आकांक्षा सोडी, सत श्री अकाल।